ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ, ਜਿਵੇਂ ਕਿ ਸਿਆਲ ਦਾ ਸੀਜ਼ਨ ਸ਼ੁਰੂ ਹੈ ਅਤੇ ਬਹੁਤ ਸਾਰੇ ਵੀਰਾਂ ਦੇ ਕਬੂਤਰ ਜਿਹੜੇ ਬਿਮਾਰ ਵੀ ਹੋ ਰਹੇ ਨੇ ਠੰਡ ਦੇ ਕਾਰਨ। ਕੁਝ ਇਕੱਠੇ ਹੋ ਕੇ ਵਹਿੰਦੇ ਆ, ਸੋਕਾ ਆਉਂਦਾ, ਗਲਾਸ਼ਦੇ ਆ, ਹਰੀ ਬਿੱਠ, ਪਤਲੀ ਬਿੱਠ। ਉਹਨਾਂ ਸਾਰਿਆਂ ਦੇ ਵਾਸਤੇ ਜਿਹੜਾ ਹੈਗਾ ਆ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਬਾਈ ਜੀ, ਸਪੈਸ਼ਲ ਜਿਹੜੀਆਂ ਕਬੂਤਰਾਂ ਦੀਆਂ ਦਵਾਈਆਂ ਤੁਸੀਂ ਦੇਖ ਸਕਦੇ ਹੋ। ਇਹ ਮਤਲਬ ਉਹਦੀ ਹੈਲਥ ਨੂੰ ਇੰਨਾ ਸਟਰੋਂਗ ਰੱਖਦੀ ਆ। ਜਿਵੇਂ ਗਲਾਸੜੇ ਆ ਕਬੂਤਰ, ਜਾਂ ਕਈ ਕਬੂਤਰਾਂ ਦੇ ਪੋਟੇ ਦੇ ਵਿੱਚ ਹਰਿਆਈ ਜੰਮ ਜਾਂਦੀ ਆ ਅਤੇ ਕਬੂਤਰ ਇਕੱਠੇ ਹੋ ਕੇ ਬਹਿਣੇ ਸ਼ੁਰੂ ਹੋ ਜਾਂਦੇ ਆ। ਇਹ ਦਵਾਈਆਂ ਜਿਹੜੀਆਂ ਹੈਗੀਆਂ ਜੀ ਫੁੱਲ ਰਿਜ਼ਲਟਡ ਆ। ਪੀਜਨ ਸਟਰੋਂਗ ਹੈਲਥ, ਚੰਗੀ ਹੈਲਥ ਦੇ ਲਈ ਇਹ ਜ਼ਰੂਰ ਚੈਂਪੀਅਨ। ਇਹਦੇ ਵਿੱਚ ਮਲਟੀ ਵਿਟਾਮਿਨ ਨੇ, ਇੱਕ ਇਹ ਆ ਪੀਜਨ ਮਲਟੀ ਵਿਟਾਮਿਨ। ਅਲੱਗ ਅਲੱਗ ਜਿਹੜੀ ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ ਸਾਡੇ ਕੋਲ ਅਵੇਲੇਬਲ ਨੇ, ਠੀਕ ਆ ਜੀ। ਇਹ ਸਪੈਸ਼ਲ ਜਿਹੜੀਆਂ ਕਬੂਤਰਾਂ ਵਾਸਤੇ ਜਿਹੜੀਆਂ ਹੈਗੀਆਂ ਕੰਪਨੀ ਵੱਲੋਂ ਤਿਆਰ ਕੀਤੀਆਂ ਗਈਆਂ ਬਾਈ ਜੀ। ਜਿਹਨਾਂ ਦੇ ਵੀ ਕਬੂਤਰ ਇਕੱਠੇ ਹੋ ਕੇ ਵਹਿੰਦੇ ਆ, ਸੋਕੇ ਦੇ ਵਿੱਚ ਆਉਂਦੇ ਆ, ਠੀਕ ਆ ਜੀ, ਉਹਨਾਂ ਦੇ ਵਾਸਤੇ ਜਿਹੜੀਆਂ ਹੈਗੀਆਂ ਅਲੱਗ ਅਲੱਗ ਦਵਾਈਆਂ ਹੈਗੀਆਂ ਨੇ। ਸੁਸਤ ਕਬੂਤਰਾਂ ਨੂੰ ਜਿਹੜਾ ਐਕਟਿਵ ਕਰਨ ਵਾਸਤੇ ਜਿਹੜੀਆਂ ਨਾ ਦਵਾਈਆਂ ਦਾ ਬਹੁਤ ਜ਼ਿਆਦਾ ਯੋਗਦਾਨ ਆ। ਜਿਹਨਾਂ ਦੇ ਮਸਲ ਜਿਹੜੇ ਕੰਮ ਨਹੀਂ ਕਰਦੇ, ਕਈ ਵਾਰ ਪਰ ਰੁਕਣੇ ਸ਼ੁਰੂ ਹੋ ਜਾਂਦੇ ਆ ਬਾਈ ਜੀ, ਅਤੇ ਕਬੂਤਰ ਥੱਲੇ ਡਿੱਗਣ ਲੱਗ ਜਾਂਦੇ ਆ, ਉਹਦੇ ਵਾਸਤੇ ਇਹ ਮੈਗਾ ਆਇਲ ਹੈ ਜਿਹੜਾ ਕਬੂਤਰਾਂ ਦੇ ਸਰੀਰ ਦੇ ਵਿੱਚ ਜਿਹੜਾ ਹੈਗਾ ਕਰੰਟ ਪੈਦਾ ਕਰਦਾ, ਨਾੜੀਆਂ ਜਿਹੜੀਆਂ ਰੁਕੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਵੀ ਚਲਾ ਦਿੰਦਾ ਆ, ਠੀਕ ਹੈ ਜੀ। ਅਤੇ ਜਿਹੜੇ ਕਬੂਤਰ ਬਰੀਡਿੰਗ ਕਰਨ ਦੇ ਵਿੱਚ ਨਾਕਾਮ ਹੋ ਜਾਂਦੇ ਆ, ਠੀਕ ਆ ਜੀ, ਉਹਦੇ ਵਾਸਤੇ ਜਿਹੜਾ ਹੈਗਾ ਚੈਂਪੀਅਨ ਦਵਾਈ ਅਤੇ ਮਲਟੀ ਪੀਜਨ ਮਲਟੀ ਵਿਟਾਮਿਨ, ਇਹ ਦੋਵੇਂ ਦਵਾਈਆਂ ਜਿਹੜਾ ਬਹੁਤ ਜ਼ਿਆਦੀਆਂ ਕਾਰਗਰ ਨੇ। ਤੁਹਾਨੂੰ ਦੱਸ ਦਈਏ, ਇਹਨਾਂ ਦਵਾਈਆਂ ਦੇ ਨਾਲ ਆਪਣੇ ਕਈ ਕਬੂਤਰ ਜਿਹੜੇ ਸੀ, ਕਬੂਤਰੀ ਕੱਚੇ ਆਂਡੇ ਰੱਖਦੀਆਂ ਸੀ, ਉਹ ਪੱਕੇ ਆਂਡੇ ਰੱਖਣ ਲੱਗ ਗਈਆਂ, ਅਤੇ ਕੁਝ ਕਬੂਤਰੀਆਂ ਨਹੀਂ ਸੀ ਰੱਖਦੀਆਂ, ਰੱਖਣ ਵੀ ਲੱਗ ਜਾਂਦੀਆਂ ਨੇ, ਠੀਕ ਹੈ ਜੀ। ਜਿਹੜੀਆਂ ਬਹੁਤ ਜ਼ਿਆਦਾ ਪੁਰਾਣੀਆਂ ਹੁੰਦੀਆਂ ਆ, ਆਪਾਂ ਉਹਨਾਂ ਬਾਰੇ ਕਹਿ ਨਹੀਂ ਸਕਦੇ। ਆਪਾਂ ਜਿੰਨਾ ਕਿ ਇਹਦਾ ਰਿਜ਼ਲਟ ਲਿਆ, ਬਹੁਤ ਵਧੀਆ ਰਿਜ਼ਲਟ ਆਇਆ ਜੀ। ਕਬੂਤਰ ਤਾਕਤਵਰ ਰਹਿੰਦੇ ਆ, ਪਰ ਉਡਾਣ 'ਚ ਬਹੁਤ ਵਧੀਆ ਫਰਕ ਪੈਂਦਾ ਜੀ, ਅਤੇ ਕਬੂਤਰਾਂ ਦੀ ਜਿਹੜੀ ਹੈਲਥ ਪੂਰੀ ਜਿਹੜੀ ਸਟਰੋਂਗ ਰਹਿੰਦੀ ਆ। ਫਿਰ ਤੁਹਾਨੂੰ ਦੱਸ ਦਈਏ, ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਇਹਦੇ ਵਿੱਚ ਦਵਾਈ ਆ, ਕੋਈ ਵੀ ਬਿਮਾਰੀ ਕਬੂਤਰਾਂ ਦੇ ਨੇੜੇ ਨਹੀਂ ਆਏਗੀ ਜੇਕਰ ਆਪਾਂ ਇਹਨਾਂ ਦਵਾਈਆਂ ਦੀ ਬਾਈ ਜੀ ਵਰਤੋਂ ਕਰਦੇ ਹਾਂ। ਡਾਕਟਰ ਸਾਹਿਬ ਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ, ਗੱਲਬਾਤ ਕਰਾਵਾਂਗੇ। ਸਮਾਨ ਦਵਾਈਆਂ ਜਿਹੜੀਆਂ ਹੈਗੀਆਂ ਆ ਆਪਣੇ ਕੋਲ ਪਹੁੰਚ ਚੁੱਕੀਆਂ ਆ। ਪੀਜਨ ਮੈਗਾ ਆਇਲ ਤੁਹਾਨੂੰ ਦੱਸ ਦਈਏ ਮਸਲਸ ਦੇ ਲਈ ਬਹੁਤ ਵਧੀਆ, ਅਤੇ ਪਰ ਵੀ ਕਬੂਤਰਾਂ ਦੇ ਬਹੁਤ ਵਧੀਆ ਆਉਂਦੇ ਨੇ, ਅਤੇ ਕਬੂਤਰ ਅੰਦਰੋਂ ਵੀ ਪੂਰੇ ਐਕਟਿਵ ਤੰਦਰੁਸਤ ਰਹਿੰਦੇ ਨੇ, ਸਰੀਰ ਦੇ ਵਿੱਚ ਉਹਨਾਂ ਦੇ ਪੂਰਾ ਕਰੰਟ ਰਹਿੰਦਾ ਹੈਗਾ ਆ। ਜਿਹੜੇ ਸੁਸਤ ਹੋ ਕੇ ਕਈ ਵਾਰ ਬਹਿ ਜਾਂਦੇ ਆ, ਕਬੂਤਰ ਤੁਹਾਨੂੰ ਜਿਹੜਾ ਖੁੱਡੇ ਦੇ ਵਿੱਚ ਗੁਟਕਦੇ ਹੀ ਮਿਲਣਗੇ ਜੀ। ਇਹ ਦਵਾਈਆਂ ਜਿਹੜੀਆਂ ਹੈਗੀਆਂ ਆ ਸਰਦੀ ਦੇ ਵਿੱਚ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਕਾਰਗਰ ਆ, ਅਤੇ ਜਿਹੜੀ ਪੀਜਨ ਸਟਰੋਂਗ ਹੈਲਥ ਆ ਇਹ ਇੱਕ ਲੌਂਗ ਟਾਈਮ ਚੱਲਣ ਵਾਲੀ ਦਵਾਈ ਆ। ਇਹਦੇ ਵਿੱਚ ਕੋਈ ਵੀ ਮਤਲਬ ਕਬੂਤਰ ਨੂੰ ਬਿਮਾਰੀ ਆਉਂਦੀ ਆ, ਜਿਵੇਂ ਗਲਾਸ਼ਦੇ ਆ, ਜੇਕਰ ਹਜ਼ਮਾ ਨਹੀਂ ਠੀਕ ਉਹਨਾਂ ਦਾ ਹੈਗਾ, ਪੋਟ ਜਾਮ ਕਰਦੇ ਆ, ਹਰੀ ਬਿੱਠ ਮਾਰਦੇ ਆ, ਪਤਲੀ ਬਿੱਠ ਮਾਰਦੇ ਆ, ਹਰ ਚੀਜ਼ ਦੇ ਲਈ ਜਿਹੜੀ ਹੈਗੀ ਆ ਇਹ ਦਵਾਈ ਵਧੀਆ ਕਾਰਗਰ ਆ। ਜਿਗ ਟੈਕ ਵੀ ਸੇਮ ਜਿਵੇਂ ਵਰਡ ਇਕੱਠਾ ਹੋ ਕੇ ਬੈਠ ਜਾਂਦਾ ਹੈਗਾ ਆ ਮੇਰੇ ਵੀਰ, ਔਰ ਇਹਨਾਂ ਦਾ ਜਿਹੜਾ ਹੈਗਾ ਆ ਰੇਟ ਵੀ ਬਿਲਕੁਲ ਜੈਨੂਅਨ ਆ, 150 ਤੋਂ 200 ਰੁਪਏ ਦੇ ਵਿੱਚ ਜਿਹੜੀਆਂ ਇਹ ਮੈਡੀਸਨ ਆ। ਸਿਰਫ ਇੱਕ ਓਇਲ ਜਿਹੜਾ ਹੈਗਾ ਇਹ ਮਹਿੰਗਾ ਆ, ਇਹ ਜਿਹੜਾ ਹੈਗਾ ਬਹੁਤ ਜ਼ਿਆਦਾ ਮਤਲਬ ਤੱਤਾਂ ਦਾ ਬਣਿਆ ਹੋਇਆ ਆ, ਇਹਦੇ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਕੈਲਸ਼ੀਅਮ, ਹਰ ਚੀਜ਼ ਜਿਹੜੀ ਹੈਗੀ ਆ ਇਹਦੇ ਵਿੱਚ ਪਾਈ ਗਈ ਆ, ਕਈ ਜੜੀ ਬੂਟੀਆਂ ਤੋਂ ਇਹ ਤਿਆਰ ਕੀਤਾ ਗਿਆ ਆ। ਇਹਦੀ ਕੀਮਤ ਜਿਹੜੀ 400 ਰੁਪਏ ਆ। ਬਾਕੀ ਜਿੰਨੀਆਂ ਵੀ ਤੁਸੀਂ ਦਵਾਈਆਂ ਮੈਡੀਸਨ ਦੇਖ ਰਹੇ ਹੋ ਇਹਨਾਂ ਦੀ ਜਿਹੜੀ ਕੀਮਤ ਹੈਗੀ ਆ ਵੀਰ ਜੀ ਸਿਰਫ 200 ਰੁਪਏ ਦੇ ਨੀਅਰ ਬਾਈ ਆ ਜੀ ਸਾਰੀਆਂ ਦਵਾਈਆਂ ਦੀ। ਕੋਈ ਵੀ ਮੈਡੀਸਨ ਤੁਸੀਂ ਜਿਹੜੀ ਹੈਗੀ ਆ ਕੋਰੀਅਰ ਦੇ ਥਰੂ ਜਿਹੜਾ ਹੈਗਾ ਆਲ ਓਵਰ ਇੰਡੀਆ ਦੇ ਵਿੱਚ ਡਿਲੀਵਰੀ ਆਪਾਂ ਦੇਵਾਂਗੇ, ਕੋਈ ਵੀਰ ਜਿਹੜਾ ਇਹਨੂੰ ਮੰਗਵਾ ਸਕਦਾ ਆ, ਠੀਕ ਆ ਜੀ।
ਇਹ ਜਿਹੜੀਆਂ ਦਵਾਈਆਂ ਸਪੈਸ਼ਲ ਜਿਹੜੀਆਂ ਹੈਗੀਆਂ ਕਬੂਤਰਾਂ ਦੇ ਵਾਸਤੇ ਜਿਹੜੀਆਂ ਬਣਵਾਈਆਂ ਗਈਆਂ ਜੀ, ਔਰ ਇੱਕ ਇਹ ਸਪੈਸ਼ਲ ਐਨੀਮਲ ਕੰਪਨੀ ਹੈ ਜਿਹੜੀ ਉਹਨੇ ਹੀ ਤਿਆਰ ਕੀਤੀਆਂ ਨੇ। ਅਤੇ ਜਿਹੜੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਸਾਡੇ ਨਾਲ ਸੰਪਰਕ ਕਰਕੇ ਜਿਹੜੀਆਂ ਇਹ ਦਵਾਈਆਂ ਜਿਹੜੀਆਂ ਉਹ ਖਰੀਦ ਸਕਦਾ ਆ। ਬਾਕੀ ਵੀਰ ਜੀ ਆਪਣੇ ਕੋਲ ਟਰੇਆਂ, ਕਲਰ, ਡੋਲੀਆਂ, ਪਿੰਜਰੇ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਆ ਅਵੇਲੇਬਲ ਆ, ਮਿਲ ਸਕਦੀ ਆ ਜੀ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਪੈਂਦੀ ਆ, ਰਿੰਗ ਜਿਹੜੇ ਹੈਗੇ ਨੇ, ਪਿੰਜਰੇ, ਅਲੱਗ ਅਲੱਗ ਚਿੜੀਆਂ ਦੇ ਪਿੰਜਰੇ, ਛਤਰੀਆਂ, ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਅਵੇਲੇਬਲ ਹੈ। ਡਰਿੰਕਰ, ਪਾਈਪਾਂ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੈ। ਔਰ ਜਿਹੜਾ ਸਟੋਕ ਸਾਡੇ ਕੋਲ ਹਰ ਚੀਜ਼ ਦਾ, ਦੇਖੋ ਡੱਬੇ ਭਰੇ ਪਏ ਨੇ, ਦਵਾਈਆਂ ਵੀ ਹਰ ਤਰ੍ਹਾਂ ਦੀਆਂ ਨੇ। ਤੁਹਾਨੂੰ ਮਹਿੰਗੀਆਂ ਦਵਾਈਆਂ ਜਿਹੜੀਆਂ ਖਰੀਦਣ ਦੀ ਲੋੜ ਨਹੀਂ ਹੈਗੀ ਇਸ ਟਾਈਮ 'ਤੇ, ਤੁਸੀਂ ਇਹ ਦਵਾਈਆਂ ਸਾਡੇ ਕੋਲੋਂ ਜਿਹੜੀਆਂ ਉਹ ਖਰੀਦ ਸਕਦੇ ਹੋ। ਐਗਜ਼ਾਸਟ ਫੈਨ ਗਰਮੀ ਵਾਲੇ, ਡਰਿੰਕਰ, ਤੁਸੀਂ ਦੇਖੋ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਤੁਸੀਂ ਖਰੀਦਣਾ ਚਾਹੋ ਸਾਡੇ ਨਾਲ ਸੰਪਰਕ ਕਰਕੇ ਅਤੇ ਲੈ ਸਕਦੇ ਹੋ। ਨੰਬਰ ਜਿਹੜਾ ਹੈਗਾ ਸਕਰੀਨ 'ਤੇ ਦਿੱਤਾ ਗਿਆ ਆ, 9888890104 98184 90104, ਅਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਦਵਾਈ ਜਿਹੜੀ ਖਰੀਦ ਸਕਦੇ ਹੋ। ਬੇਬੀ ਫੀਡਰ ਹਰ ਚੀਜ਼ ਅਵੇਲੇਬਲ ਆ ਬਾਈ ਜੀ, ਤੁਹਾਡਾ ਕਬੂਤਰ ਕਦੇ ਵੀ ਜਿਹੜਾ ਬਿਮਾਰ ਨਹੀਂ ਹੋਊਗਾ। ਬਾਈ ਦੇ ਨਾਲ ਤੁਸੀਂ ਗੱਲ ਕਰਕੇ ਆਪਣੇ ਘਰ ਬੈਠੇ ਜਿਹੜਾ ਹੈ ਕੋਈ ਵੀ ਦਵਾਈ ਜਿਹੜੀ ਹੈ ਤੁਸੀਂ ਮੰਗਵਾ ਸਕਦੇ ਹੋ। ਇਹ ਟੋਕਰੀਆਂ ਵੀ ਹੈਗੀਆਂ ਨੇ ਕਬੂਤਰਾਂ ਦੇ ਵਾਸਤੇ, ਕੱਪੜਾ ਵੀ ਜਿਹੜਾ ਹੈਗਾ ਨੀਲਾ ਅਤੇ ਲਾਲ ਰੰਗ ਦਾ ਪੱਕਾ ਜਿਹੜਾ ਰੰਗ ਵਾਲੇ ਕੱਪੜੇ ਆ ਉਹ ਵੀ ਸਾਡੇ ਕੋਲ ਮੌਜੂਦ ਨੇ। ਅਤੇ ਛਤਰੀਆਂ ਡਿਜ਼ਾਇਨਦਾਰ ਜਿਹੋ ਜਿਹੀ ਤੁਸੀਂ ਚਾਹੋ ਬਣਾ ਸਕਦੇ ਹੋ, ਅਤੇ ਡੋਲੀਆਂ ਵੀ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਜਿਹੋ ਜਿਹੀਆਂ ਚਾਹੋਗੇ ਉਹੋ ਜਿਹੀਆਂ ਆਪਾਂ ਬਣਾ ਕੇ ਤੁਹਾਨੂੰ ਦੇ ਸਕਦੇ ਹਾਂ। ਫਿਰ ਤੁਹਾਨੂੰ ਦੱਸ ਦਈਏ ਕਿ ਹਰ ਤਰ੍ਹਾਂ ਦੀਆਂ ਦਵਾਈਆਂ, ਪਿੰਜਰੇ, ਛਤਰੀਆਂ, ਡੋਲੀਆਂ ਅਤੇ ਰਿੰਗ ਜਿਹੜੇ ਹੈਗੇ ਆ, ਆਪਾਂ ਜਿਵੇਂ ਸਿਲਵਰ ਦੇ ਰਿੰਗ ਬਣਾਉਂਦੇ ਸੀ ਵਿਦਾਊਟ ਲੋਕ, ਇਹ ਸਾਡੇ ਕੋਲ ਪਲਾਸਟਿਕ ਵਾਲੇ ਵੀ ਜਿਹੜੇ ਰਿੰਗ ਪਹੁੰਚ ਚੁੱਕੇ ਨੇ ਵਿਦਾਊਟ ਲੋਕ, ਠੀਕ ਹੈ ਜੀ। ਔਰ ਲੇਜ਼ਰ ਪ੍ਰਿੰਟ ਨੇ, ਇਹਨਾਂ ਦਾ ਜਿਹੜਾ ਪ੍ਰਿੰਟ ਕਦੇ ਵੀ ਉੱਪਰੋਂ ਨਹੀਂ ਮਿਟਦਾ, ਠੀਕ ਹੈ ਜੀ। ਔਰ ਵਧੀਆ ਹਾਈ ਕੁਆਲਿਟੀ ਦੇ ਵਿੱਚ ਇਹ ਰਿੰਗ ਤਿਆਰ ਕੀਤੇ ਗਏ ਨੇ ਛੋਟੇ ਬੱਚਿਆਂ ਦੇ ਪਾਉਣ ਵਾਸਤੇ। ਜਿਵੇਂ ਅਸੀਂ 5-7 ਦਿਨ ਦੇ ਬੱਚੇ ਦੇ ਪਾਉਣਾ ਹੁੰਦਾ ਤਾਂ ਤੁਸੀਂ ਇਹ ਰਿੰਗਾਂ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਜਿਹੜੇ ਸਿਲਵਰ ਵਾਲੇ ਰਿੰਗ ਆ ਉਹ ਤਪਦੇ ਜ਼ਿਆਦਾ ਆ, ਸਿਲਵਰ ਵਾਲੇ ਰਿੰਗ ਵੀ ਸਾਡੇ ਕੋਲ ਮੌਜੂਦ ਨੇ ਔਰ ਇਹ ਵੀ ਰਿੰਗ ਸਾਡੇ ਕੋਲ ਮੌਜੂਦ ਨੇ। ਬਾਕੀ ਇਹ ਹਰ ਤਰ੍ਹਾਂ ਦਾ ਕਲਰ ਜਿਹੜਾ ਹੈਗਾ ਆ, ਸਪਰੇ ਬੋਟਲਾਂ ਜਿਹੜੀਆਂ ਹੈਗੀਆਂ ਆ ਉਹ ਵੀ ਸਾਡੇ ਕੋਲ ਮੌਜੂਦ ਨੇ, ਸਿਲਵਰ ਰਿੰਗ ਵੀ ਸਾਡੇ ਕੋਲ ਮੌਜੂਦ ਨੇ, ਇਹ ਵੀ ਤੁਸੀਂ ਖਰੀਦਣਾ ਚਾਹੋ ਖਰੀਦ ਸਕਦੇ ਹੋ। ਉੱਪਰ ਆਪਣਾ ਤੁਸੀਂ ਨਾਮ ਲਿਖਵਾਉਣਾ ਚਾਹੋ, ਮੋਬਾਈਲ ਨੰਬਰ ਲਿਖਵਾਉਣਾ ਚਾਹੋ, ਕੁਝ ਵੀ ਲਿਖਵਾ ਸਕਦੇ ਹੋ। ਅਤੇ ਵੀਡੀਓ ਨੂੰ ਬਾਈ ਜੀ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੀ, ਤਾਂ ਜੋ ਸਾਰੇ ਵੀਰਾਂ ਦਾ ਭਲਾ ਹੋ ਸਕੇ। ਇਹ ਦਵਾਈਆਂ ਜਿਹੜੀਆਂ ਹੈਗੀਆਂ ਲੁਧਿਆਣੇ ਸ਼ਹਿਰ ਦੇ ਵਿੱਚ ਗਿੱਲ ਪਿੰਡ ਦੇ ਵਿੱਚ ਸਾਡੀ ਜਿਹੜੀ ਦੁਕਾਨ ਆ ਸਟੇਸ਼ਨ ਰੋਡ 'ਤੇ ਮਰੂਤੀ ਸ਼ੋਰੂਮ ਦੇ ਬਿਲਕੁਲ ਸਾਹਮਣੇ, ਇਹ ਸਾਹਮਣੇ ਮਰੂਤੀ ਸੰਜੂਕੀ ਵਾਲਿਆਂ ਦਾ ਸਪੇਅਰ ਪਾਰਟ ਦਾ ਸ਼ੋਰੂਮ ਆ। ਫਿਰ ਤੁਹਾਨੂੰ ਦੱਸ ਦਈਏ ਇਸ ਦੁਕਾਨ ਦੇ ਉੱਤੋਂ ਤੁਸੀਂ ਜਿਹੜਾ ਹੈਗਾ ਆ ਕੁਝ ਵੀ ਖਰੀਦ ਸਕਦੇ ਹੋ। ਤੁਹਾਡੇ ਕਬੂਤਰ ਜਿਹੜੀਆਂ ਮਹਿੰਗੀਆਂ ਦਵਾਈਆਂ ਤੁਸੀਂ ਖਰੀਦਦੇ ਹੋ, ਖਰੀਦਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ। ਵਿਰਾਟ ਫਰੈਂਡਸ ਫਾਰਮ ਆਪਣੀ ਸ਼ੌਪ ਦੇ ਬਾਹਰ ਬੋਰਡ ਲੱਗਾ ਪਿਆ, ਠੀਕ ਆ। ਫਿਰ ਤੁਹਾਨੂੰ ਦੱਸ ਦਈਏ ਸਟੇਸ਼ਨ ਰੋਡ ਦੇ ਉੱਤੇ ਦੁਕਾਨ ਹੈ, ਇਹ ਗਿੱਲ ਪਿੰਡ ਦੇ ਵਿੱਚ ਆ ਬਿਲਕੁਲ, ਠੀਕ ਆ ਜੀ। ਇਹ ਮਰੂਤੀ ਵਾਲਿਆਂ ਦਾ ਸ਼ੋਰੂਮ ਆ, ਜੈਨੂਅਨ ਪਾਰਟ ਦਾ ਸ਼ੋਰੂਮ ਆ, ਸਟੇਸ਼ਨ ਰੋਡ ਗਿੱਲ ਪਿੰਡ ਦੇ ਵਿੱਚ ਦੁਕਾਨ ਆ। ਫਿਰ ਦੱਸ ਦਈਏ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਉਹ ਵੀਰ ਭਰਾ ਸਾਡੇ ਨਾਲ ਸੰਪਰਕ ਕਰਕੇ ਅਤੇ ਦਵਾਈਆਂ ਜਿਹੜੀਆਂ ਆਪਣੇ ਘਰ ਬੈਠੇ ਮੰਗਵਾ ਸਕਦਾ ਜੀ। ਬਾਕੀ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਜੀ, ਅਤੇ ਨਵੀਂ ਵੀਡੀਓ ਵੀਰ ਜੀ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਅਤੇ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ, ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।